ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਨਾਲ ਗੱਲਬਾਤ ਕਰ ਸਕੀਏ। ਦੇਖੋ 2 ਮਿੰਟ ਕਰਾਂਗੇ ਗੱਲ ਤੁਹਾਡੇ ਨਾਲ, ਬੇਫਿਕਰੋ। ਸਾਰੇ ਮਿਲਣਾ ਦਾ ਆਮ ਆਦਮੀ ਪਾਰਟੀ ਦਾ ਤੁਸੀਂ ਪਾਇਆ ਹੋਇਆ, ਪਰ ਕੋਈ ਗੱਲ ਨਹੀਂ, ਗੱਲ ਸਾਰਿਆਂ ਨਾਲ ਆਉਣੀ ਹੈ। ਕੋਈ ਨਹੀਂ, ਬੈਠੇ ਰਹੋ ਤੁਸੀਂ ਆਰਾਮ ਨਾਲ। ਕਿ ਮੈਂ ਦੱਸਣਾ ਇਹ ਚਾਹੁੰਦਾ ਹਾਂ ਕਿ ਜਿਹੜੀ ਇਹਨਾਂ ਨੇ ਇੱਕ ਸਭ ਤੋਂ ਵੱਡੀ ਸਾਡੇ ਤੇ ਬਲੇਮ ਲਾਇਆ ਕਿ ਸਾਡੇ ਕਾਗਜ਼ ਕੱਟੇ ਆ। ਮੈਂ ਰੱਬ ਤੋਂ ਡਰ ਕੇ ਆਂਦਾ, ਸੱਚ ਐਕਚੁਅਲੀ ਇਹ ਹੈ ਕਿ ਇਹਨਾਂ ਨੇ ਆਪਣੇ ਕਾਗਜ਼ ਪੂਰੇ ਭਰੇ ਨਹੀਂ। ਇਹ ਡਰਦੇ ਸੀ ਵੀ ਦੂਜੇ ਬੰਦੇ ਸਾਡੀ ਪੇਸ਼ ਨਹੀਂ ਜਾਣੀ। ਆ ਉਹਦੇ ਤੋਂ ਇਲਾਵਾ ਐਸੇ ਪਿੰਡ ਦੇ ਵਿੱਚ ਹੀ ਇਹ ਲੱਡੂ ਦੇ ਡੈਡੀ ਜੀ ਸਰਪੰਚ ਬਣ ਕੇ ਨੇ, ਕਾਂਗਰਸ ਦੇ ਨੇ, ਕੀ ਇਹਦਾਂ ਦੇ ਕਾਗਜ਼ ਰਹੇ ਆ ਤੇ ਤਾਂ ਹੀ ਬਣੇ ਆ? ਤੁਸੀਂ ਕਿਹਨਾਂ ਨੂੰ ਕਹਿ ਰਹੇ ਹੋ? ਇਹ ਕਾਂਗਰਸ ਜਗਦੀਪ ਸਿੰਘ ਉਹ ਭੰਬਰਾ ਸਾਹਿਬ ਸਾਡੇ ਵੱਡੇ ਵੀਰ ਜੀ ਨੇ, ਮੈਂ ਇਹਨਾਂ ਨੂੰ ਕਹਿ ਰਿਹਾ ਇਹਨਾਂ ਦੇ ਵਿੱਚ ਕਿਸੇ ਚ ਹਿੰਮਤ ਹੀ ਨਹੀਂ ਵੀ ਕਾਗਜ਼ ਬਣ ਗਏ। मैं रिएक्शन लवा, कौन सरपंच? तुसी सरपंच बन गई कांग्रेस दे हो तुसी? अजे बनना, अजे इलेक्शन होनी है। नहीं फिर सर्वसम्मति नहीं हुई? मतलब नहीं, अजे नहीं, साडी इलेक्शन होनी है जी। कागज साडे नहीं कटे गए, ते जड़े कटे गए ओ क्यों कटे गए? चलो रंधावा साहब ने भी कहा, मैं भी ये गल कहांगा कि वो इसे करके कटे गए आ कि जिन्हें नहीं बनना चाहता उन्हें अपने फार्म पूरे दिते नहीं ते तां वो कागज कटे आ। चलो इधर इना इना दे गौरव बापू जी, माड़ा जिहा खड़े हो जाओ, मैं कर देना तुहानू खड़ा। हां जी, तुसी तुसी मैनू ऐ दसो, तुसी एक गल दसो पहला, आ तां कहंदे तुसी कांग्रेस वाले पासे हो, गल्लां तुसी आम आदमी पार्टी नाल करदे? ओ भाजी मैं आम पार्टी दी नहीं गल करदा, मैं उहनां लोकां दी गल करना जिन्हां लोकां मैं नाम नाम ना कांग्रेस ना ना कहे दा नहीं। पार्टी मेरी कांग्रेस रही शुरू तो, छेवीं पीढ़ी साडी कांग्रेस नाल तुड़ी आउंदी आ। मैं गल ओ करनी आ जिहड़ी करन वाली आ। 74 साल दा रिकॉर्ड वेख लो, फूल के ध्यानपुर दे विच इट नहीं लगी 74 साल। 5 सालां दे विच कांग्रेस ने कोई थां कच्चा नहीं छड़िया। ਤੁਸੀਂ ਮੈਨੂੰ ਪਿੰਡ ਪਿੰਡ ਦੱਸ ਦਿਓ, ਕਿਹੜਾ ਪਿੰਡ ਆ ਤੁਹਾਡਾ? ਪਿੰਡ ਇਹੋ ਹੀ ਧਿਆਨਪੁਰ, ਮੈਂ ਧਿਆਨਪੁਰ ਦਾ। ਦੇਖੋ ਹੈ ਤੁਸੀਂ ਤੁਸੀਂ ਉਮਰ ਕਿੰਨੀ ਹੈ ਤੁਹਾਡੀ? ਮੇਰੀ ਉਮਰ ਤੇ ਹੋ ਗਈ ਆ 66 ਸਾਲ ਦੀ। 66 ਸਾਲ? ਗੱਲ ਇਹ ਹੈ ਕਿ ਤੁਸੀਂ ਤਜਰਬੇ ਦੇ ਨਾਲ ਗੱਲ ਕਰ ਰਹੇ ਹੋ, ਕਿਤੇ ਝਾੜੂ ਵਾਲੇ ਤੁਹਾਡੇ ਤੋਂ ਰੁੱਸ ਨਾ ਜਾਣ। ਨਹੀਂ ਉਹ ਵੀ ਦੇਖੋ, ਮਤਲਬ ਉਹ ਵੀ ਸਾਡੇ ਬੇਟੇ ਦੇ ਬਰਾਬਰ ਰਿਹਾ, ਸਾਰੇ ਕਾਂਗਰਸ ਚ ਹੀ ਰਹੇ ਨੇ, ਉਹ ਵੀ ਹਾਣੀ ਪਾਣੀ ਆ। ਚਲੋ ਅਸੀਂ ਉਹਨਾਂ ਦਾ ਵੱਡੇ ਆ, ਉਹ ਜਿਹੜਾ ਭਰਾ ਨੇ ਇਹ ਵੀ ਸਾਰੇ ਇਕੱਠੇ ਰਹੇ ਆ, ਸਾਰੇ ਰੰਧਾਵਾ ਸਾਹਿਬ ਨਾਲ ਹੀ ਰਹੇ ਆ। ਹੁਣ ਜਦੋਂ ਭਾ ਨੇ ਪਾਰਟੀ ਬਦਲ ਲਈ ਉਧਰ ਚਲੇ ਗਏ, ਉਹ ਗੱਲ ਵੱਖਰੀ ਆ। ਪਰ ਗੱਲ ਉਹ ਕਰਨੀ ਚਾਹੀਦੀ ਹੈ ਕਿ 2 ਦੀ ਪੁਆਇੰਟ ਸਹੀ ਹੋਵੇ। ਹੁਣ ਜਿਹੜਾ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਇਹਨਾਂ ਦੋਵਾਂ 2.5 ਸਾਲਾਂ ਦੇ ਵਿੱਚ ਇੱਥੇ ਕੋਈ ਬੰਦਾ ਨਹੀਂ ਹੈਗਾ, ਉਹ ਭਾ ਨੂੰ ਵੀ ਪਤਾ, ਕੋਈ ਕਿਤੇ ਸਾਡੇ ਇੱਟ ਨਹੀਂ ਲੱਗੀ, ਕੋਈ ਕੱਖ ਨਹੀਂ ਹੋਇਆ। ਇਹ ਅਸੀਂ 5 ਸਾਲਾਂ ਦੇ ਵਿੱਚ ਰਿਕਾਰਡ ਦਿੰਦੇ ਹਾਂ, 74 ਸਾਲਾਂ 'ਚ ਰਿਕਾਰਡ ਤੋੜਿਆ। ਚਲੋ ਬਹੁਤ ਇੰਟਰਸਟਿੰਗ ਹੈ, ਇੱਕ ਜਿਹੜਾ ਨਾਮ ਰਿਐਕਸ਼ਨ ਲੈ ਸਕੀਏ ਜੀ। ਮੇਰਾ ਨਾਮ ਆ ਤੇਜਵੀਰ ਸਿੰਘ, ਮੈਂ ਸਾਬਕਾ ਸਰਪੰਚ ਆ, ਕੋਟ ਦੀ ਸੂਰਤ ਮੱਲੀ, ਕੋਟ ਦੀ ਭੱਟੇਵੜ ਪੰਚਾਇਤ ਆ ਮੇਰੀ ਜੀ। ਇੱਥੋਂ ਮਤਲਬ 2 ਕਿਲੋਮੀਟਰ ਪਿੰਡ ਹੈ ਸਾਡਾ ਜੀ। ਠੀਕ ਹੈ, ਮਤਲਬ ਇੱਥੇ ਹੁਣ ਕਹਿੰਦੇ ਆ ਜੀ ਕਾਗਜ਼ ਨਹੀਂ ਕਟਾਏ, ਵੀ ਕੋਈ ਮਤਲਬ ਇਹਨਾਂ ਫਾਰਮ ਗਲਤ ਭਰਤੇ। ਮੈਂ ਤੁਹਾਨੂੰ ਆਪਣੀ ਫਾਈਲ ਦਿਖਾ ਦਿੰਦਾ ਸਾਰੀ, ਮੇਰੇ ਫੋਰੋਸਟੇਟ ਪਈ ਆ। ਆਹ ਵੇਖੋ, ਤਰਾਜਹੀਨਤਾ ਸਰਟੀਫਿਕੇਟ ਲੱਗਾ, ਮਤਲਬ NOC ਮਿਲ ਗਈ, ਚੁੱਲ੍ਹਾ ਟੈਕਸ ਮਿਲ ਗਿਆ, ਸਭ ਕੁਝ ਲਾਇਆ ਹਲਫੀਆ। ਤੁਹਾਨੂੰ ਰੀਜ਼ਨ ਤੇ ਦਿੱਤਾ ਹੋਣਾ ਨਾ ਜਦੋਂ? ਮੇਰੀ ਗੱਲ ਸੁਣੋ, ਮੈਂ ਜਾ ਕੇ ਉੱਥੇ ਕਹਿੰਦਾ ਰਿਹਾ 5 ਤਰੀਕ ਨੂੰ ਲਿਸਟ ਲੱਗ ਗਈ ਵੀ ਇਹ ਪੈਪ ਫਾਈਲ ਜਿਹੜੀ ਆ ਰੱਦ ਕੀਤੀ ਜਾਂਦੀ ਆ। ਮੈਂ ਆਰ ਓ ਸਾਹਿਬ ਨੂੰ ਕਿਹਾ ਵੀ ਮੈਨੂੰ ਲਿਖਤੀ ਦਿਓ, ਉਹਨਾਂ ਲਿਖਤੀ ਨਹੀਂ ਦਿਆ। ਰੰਧਾਵਾ ਸਾਹਿਬ ਸਾਹਮਣੇ ਖਲੋਤੇ ਆ, ਇਹਨਾਂ ਨੂੰ ਕਹੋ ਮੇਰੀ ਫਾਈਲ ਮੰਗਾ ਲੈਣ, ਜੇ ਫਿਰ ਮੇਰੀ ਫਾਈਲ ਨਾ ਗਲਤ ਹੋਏ ਤੇ ਫਿਰ ਸਰਪੰਚੀ ਕਰਾਓਗੇ ਕੋਰਟ ਦੀ? ਨਹੀਂ ਤੁਹਾਨੂੰ ਗੱਲ ਸੁਣੋ, ਤੁਹਾਨੂੰ ਕੋਈ ਰੀਜ਼ਨ ਉਹਨਾਂ ਨੇ ਇੱਕ ਦਾ ਵਜ੍ਹਾ ਤੇ ਦੱਸੀ ਹੋਣੀ ਹੈ ਕਿ ਇਹਦੇ ਕਰਕੇ। ਕੋਈ ਰੀਜ਼ਨ ਨਹੀਂ ਦੱਸਿਆ ਮੈਨੂੰ, ਆਂਦੇ ਸੀ ਇੱਥੇ ਆ ਜਾ ਤੈਨੂੰ ਫਾਈਲ ਵਿਖਾ ਦਾਂਗੇ। ਜਿਹੜਾ ਵੀਡੀਓ ਮੈਨੂੰ NOC ਦੇਣ ਦਿਆ ਇਲੈਕਸ਼ਨ ਲੜਨ ਦੀ, ਉਸੇ ਵੀਡੀਓ ਕੋ ਪਤਾ ਨਹੀਂ ਮੈਨੂੰ ਵੀ ਲਿਖਾਇਆ ਕਿ ਨਹੀਂ ਲਿਖਾਇਆ, ਜੋ ਆਰਓ ਸਾਹਿਬ ਨੇ ਕਿਹਾ ਹੈ ਉਸੇ ਕੋ ਏਰੀਆ ਲਿਖਾਇਆ ਵੀ ਇਹਦਾ ਬਕਾਇਆ ਬਾਕੀ ਆ। ਬਕਾਇਆ ਮੇਰਾ 10 ਦਿਨ, ਮੇਰਾ ਕਰੋੜ ਰੁਪਇਆ ਬਕਾਇਆ 10 ਦਿਨ, ਲੱਖ 10 ਦਿਨ, 50 ਲੱਖ 10 ਦਿਨ, ਮੈਂ ਜਮ੍ਹਾਂ ਕਰਾ ਦੂੰਗਾ। ਪਿੰਡ ਕਿਹੜਾ ਤੁਹਾਡਾ? ਮੇਰਾ ਕੋਟਲੀ ਸੂਰਤ ਮੱਲੀ। ਫਿਰ ਮੇਰੀ ਗੱਲ ਸੁਣੋ, ਕੋਟਲੀ ਕੋਟਲੀ ਸੂਰਤ ਮੱਲੀ, ਫਿਰ ਇੱਕ ਮਿੰਟ, ਫਿਰ ਆਮ ਆਦਮੀ ਪਾਰਟੀ ਕੋਈ ਬੰਦਾ ਨਹੀਂ ਹੈਗਾ, ਸਾਡੇ ਸਤਿਕਾਰਯੋਗ ਭਿੱਲਾ ਜੀ ਆ, ਇਹ ਕਾਂਗਰਸੀ ਸੀ, ਪਤਾ ਨਹੀਂ ਰਾਤੋ ਰਾਤ ਉਹਨਾਂ ਨੂੰ ਸਰਪੰਚ ਦਾ ਆਪਣੀ ਫਾਈਲਾਂ ਵਾਪਸ ਕੋ ਲੈ ਗਏ? ਸਰਪੰਚੀ ਵਾਲੇ ਹੋ ਗਏ, ਸਰਪੰਚ ਨਹੀਂ ਹੋਏ। ਜਦੋਂ ਸਰਪੰਚ ਹੀ ਕੈਂਸਲ ਕਰਤਾ ਮੈਂਬਰ ਭਾਜੀ, ਵੇਖੋ ਮਤਲਬ ਖਸਮ ਉੱਤੇ ਹੋਏ ਨਾ ਤੇ ਫੇਰ ਮਤਲਬ ਘਰ ਵਸਦਾ ਜਿਹੜੀ ਅਸਲ ਫਾਈਲ ਸੀ ਉਹ ਕਿੱਟ ਚ ਪਈ ਸੀ, ਜਿਹੜੀ ਨਕਲੀ ਫਾਈਲ ਸੀ
ਮੰਤਰੀ ਨੂੰ ਸੱਚੇ ਹੋਣ ਦੇ ਮਾਰਿਆ ਵੀ ਅਸੀਂ ਕਾਗਜ਼ ਭਰੇ ਖਲਾਉਣਾ, ਉਹ ਅੰਦਰ ਜਮ੍ਹਾਂ ਹੋਈ। ਭਾਜੀ ਮੇਰੀ ਗੱਲ ਸੁਣੋ, ਨੰਬਰ 2 ਅਸੀਂ ਨਾਲ ਆਵਾਜ਼ ਮਾਰ ਕੇ ਕਿਹਾ ਦਾਖਲ ਜਮ੍ਹਾਂ ਕਰਾਓ। ਨੰਬਰ 3 ਜਦੋਂ ਇਹ ਬਣੇ ਆ, ਜਦੋਂ ਇਹ ਬਣੇ ਅਵਤਾਰ ਸਿੰਘ ਤੇ ਇਹ ਬਣੇ ਆ ਸਰਪੰਚ, ਇਹਨੂੰ ਪੁੱਛੋ ਇਹਨਾਂ ਕੀ ਕੀਤਾ, ਉਸ ਗੱਲ ਦਾ ਪਹਿਲੇ ਜਵਾਬ ਦਿਓ। ਵੇਖੋ ਉਦੋਂ ਸਰਬਸੰਮਤੀ ਹੋਈ ਸੀ, ਫਿਰ ਕਾਂਗਰਸ ਦੀ ਅੰਗ ਹੋਈ, ਮੈਂਬਰ ਖਿਲਾ ਰਿਹਾ। ਠੀਕ ਹੈ, ਮੇਰੀ ਗੱਲ ਸੁਣੋ, ਗੁਰਦੀਪ ਕੌਰ ਸੀਗਾ, ਗੁਰਦੀਪ ਔਰ ਵਾਈਫ ਆਫ ਮਹਿੰਦਰ ਸਿੰਘ ਜੀ, ਠੀਕ ਹੈ ਜੀ, ਉਹਨਾਂ ਗਰੰਟੀ ਕਿਸੇ ਹੋਰ ਵਾਰਡ ਚ ਪਾਤੀ, ਸਾਡੀ ਗਲਤੀ ਹੈ ਜੀ। ਮੇਰੀ ਗੱਲ ਸੁਣੋ, ਇਹਨਾਂ ਨੂੰ ਕਹੋ, ਨੰਬਰ 2 ਇਹਨਾਂ ਨੂੰ ਕਹੋ, ਮੇਰੀ ਗੱਲ ਸੁਣੋ, ਤੁਸੀਂ ਨੰਬਰ ਰਹਿ ਗਏ ਸੀ ਉਹਨਾਂ, ਤੁਸੀਂ ਲਾਈਵ ਕਰ ਦੋ, ਲਾਈਵ ਤੁਸੀਂ ਉਹਨਾਂ ਨੂੰ ਅੱਜ ਮੇਰੇ ਨਾਲ ਪਿੰਡ ਚੱਲ ਜਾਓ, ਜਾਓ ਇੱਕ ਬੰਦੇ ਬਕਸਾਬ ਇਹਨਾਂ ਦਾ ਰਾਹ ਤੋਂ ਮੇਰਾ ਰਾਹ ਤੋਂ, ਜੇ ਮੈਂ ਹਾਰ ਜਾ ਤੇ ਮੈਂ ਇੱਥੇ ਇੱਕ ਪਿੰਡ ਦੀ ਨਹੀਂ, ਬਹੁਤ ਸਾਰੇ ਪਿੰਡਾਂ ਦੀ ਭਾਂਬਰਾ ਸਵਾਬ ਦੇ ਦੋ, ਇਹਨਾਂ ਨੂੰ ਹਰਦਾਵਾ ਸਾਹਿਬ ਨੂੰ ਦੋ, ਮੇਰੀ ਫਾਈਲ ਮੰਗਾ ਦੇਣਾ। ਚਲੋ ਠੀਕ ਹੈ, ਚਲੋ ਰਾਵਾ ਸਾਹਿਬ ਮੰਗਾ ਲਓ ਜੀ ਫਾਈਲ, ਭਾਂਬਰਾ ਸਾਹਿਬ, ਭਾਂਬਰਾ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ, ਦੋਵੇਂ ਤਰ੍ਹਾਂ ਦੇ ਨੁਮਾਇੰਦੇ ਆ ਗਏ, ਥੋੜਾ ਜਿਹਾ ਪਿੱਛੇ ਪਿੱਛੇ ਹੋ ਜਾਓ, ਜਗ੍ਹਾ ਖਾਲੀ ਕਰ ਦਿਓ ਸਾਨੂੰ, ਰਿਕੁਐਸਟ ਹੈ ਥੋੜਾ ਜਿਹਾ ਪਿੱਛੇ ਪਿੱਛੇ ਹੋ ਜਾਓ, ਜਗ੍ਹਾ ਖਾਲੀ ਕਰ ਦਿਓ। ਹਾਂ ਨਹੀਂ 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 ਪੂਰਾ ਜਗ੍ਹਾ ਖਾਲੀ ਕਰ, ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਪਾਂ ਜੀ ਜੀ ਕੋਈ ਗੱਲ ਨਹੀਂ। ਹਾਂ ਭਾਂਬਰਾ ਸਾਹਿਬ, ਇੱਕ ਪਾਸੇ ਫਾਈਲ ਦੇ ਕੈਂਸਲ ਹੋਣ ਦਾ ਜ਼ਿਕਰ ਹੈ, ਕਾਗਜ਼ ਰੱਦ ਹੋਣ ਦਾ ਜ਼ਿਕਰ ਹੈ, ਔਰ ਦੂਜੇ ਪਾਸੇ ਤੁਹਾਡੀ ਪਾਰਟੀ ਨਾਲ ਜੁੜੇ ਹੋਏ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਰੱਦ ਹੋਏ ਨੇ ਉਹ ਫਾਈਲਾਂ ਦੀ ਦਿੱਕਤ ਸੀ, ਭਰਨ ਦੇ ਵਿੱਚ ਕੋਈ ਨਾ ਕੋਈ ਕੁਤਾਹੀ ਹੋ। ਬਿਲਕੁਲ ਕੋਈ ਫਾਈਲਾਂ ਦੀ ਦਿੱਕਤ ਨਹੀਂ ਆਈ ਜੀ, ਅਸੀਂ ਆਪਣੇ ਵਕੀਲ ਨੂੰ ਖਲੈਰ ਕੇ ਮੈਂ ਖੁਦ ਤੇਜਵੀਰ ਦੇ ਕਾਗਜ਼ ਜਿਹੜੇ ਭਰੇ ਆ, ਫਾਈਲ ਮੰਗਾ ਲਓ, ਜੇ ਸਾਡੀ ਗਲਤ ਹੋਊਗੀ ਅਸੀਂ ਹੱਥ ਖੜੇ ਕਰ ਦਾਂਗੇ। ਬਿਲਕੁਲ ਗਲਤ ਗੱਲ ਆ, ਉਹ ਕਾਂਗਰਸੀ ਉਹਨਾਂ ਦਾ ਤਾਂ ਭਰਿਆ ਗਿਆ ਭਾਂਬਰਾ ਸਾਹਿਬ, ਫਿਰ ਤੁਹਾਡਾ ਕਿਉਂ ਨਹੀਂ ਭਰਿਆ ਗਿਆ? ਇਹ ਦਲਬੀਰ ਸਿੰਘ ਭਿੱਲਾ ਰਾਤ ਦੇ 3 ਵਜੇ ਤੱਕ ਉੱਥੇ ਰਿਹਾ ਵਾ, ਜੇ ਲੋਕਾਂ ਨੂੰ ਧਮਕਾਉਂਦੇ ਵੀ ਰਹੇ ਆ, ਧਮਕਾਉਂਦੇ ਵੀ ਰਹੇ ਆ, ਜੇ ਨਾ ਤੁਸੀਂ ਅੱਡੇ ਅਸੀਂ ਆਹ ਕਰਾਂਗੇ। ਕੌਣ ਧਮਕਾ ਰਿਹਾ ਸੀ? ਝਾੜੂ ਵਾਲੇ, ਦਲਬੀਰ ਸਿੰਘ ਭਿੱਲਾ ਝਾੜੂ ਵਾਲੇ। ਠੀਕ ਹੈ, ਰੰਧਾਵਾ ਜੀ, ਰੰਧਾਵਾ ਸਾਹਿਬ ਤੁਸੀਂ ਜਵਾਬ ਦੇ ਸਕਦੇ ਹੋ? ਬਿਲਕੁਲ ਦੇ ਸਕਦਾ ਜੀ, ਮੈਂ ਗੌਰਵ, ਇੱਕ ਸੈਕਿੰਡ, ਰੰਧਾਵਾ ਸਾਹਿਬ ਤੋਂ ਇਸਦਾ ਜਵਾਬ। ਦੇਖੋ ਪਹਿਲੀ ਗੱਲ ਤੇ ਹੈ ਕਿ ਜਿਹੜਾ ਇਲਜ਼ਾਮ ਲਾਉਂਦੇ ਨੇ ਬਿਲਕੁਲ ਝੂਠਾ ਹੈ, ਕਾਗਜ਼ ਇਹਨਾਂ ਪੂਰੇ ਆਪਣਾ ਪੇਪਰ ਵਰਕ ਪੂਰਾ ਨਹੀਂ ਸੀਗਾ ਕੀਤਾ, ਤਾਂ ਕਰਕੇ ਕਾਗਜ਼ ਰਿਜੈਕਟ ਹੋਇਆ। ਜਿਹੜੀ ਗੱਲ ਰੱਖਦੇ ਆ ਡੱਬਾ ਰੱਖਣ ਦੀ, ਮੇਰਾ ਡੱਬਾ ਰੱਖ ਲਓ, ਨਾਲ ਦੇ ਪਿੰਡਾਂ 'ਚ ਇਲੈਕਸ਼ਨਾਂ ਹੋਣ ਡੀਆਂ ਨੇ, ਉੱਥੇ ਡੱਬੇ ਰੱਖੇ ਜਾਣੇ ਨੇ, ਉਹਨਾਂ ਡੱਬਿਆਂ ਦਾ ਰਿਜ਼ਲਟ ਤੁਹਾਡੇ ਸਾਹਮਣੇ 15 ਤਰੀਕ ਨੂੰ ਆ ਜਾਣਾ। ਇਹਨਾਂ ਨੂੰ ਇਹ ਗੱਲ ਪੁੱਛੋ ਕਿ ਪਿਛਲੇ 5 ਸਾਲਾਂ 'ਚ ਡੇਰਾ ਬਾਬਾ ਨਾਨਕ 'ਚ ਕੀ ਹੋਇਆ ਸੀ, ਇਹ ਜਵਾਬ ਦੇਣ। 99% ਜਿਹੜੇ ਨੇ ਇਹਨਾਂ ਨੇ ਕਾਗਜ਼ ਕੱਟ ਕੇ ਸਰਪੰਚ ਬਣਾਏ ਸੀ, ਅੱਜ 99% ਜਿਹੜੀਆਂ ਪਿੰਡਾਂ 'ਚ ਇਲੈਕਸ਼ਨਾਂ ਹੋ ਰਹੀਆਂ ਨੇ। ਇੱਥੇ ਇੱਕ ਬੰਦਾ ਵਾ ਰਣਜੀਤ ਸਿੰਘ ਛਕਰੀ, ਉਹਨੂੰ ਮੇਰੇ ਸਾਹਮਣੇ ਲਿਆਓ, ਜੋ ਪਿਛਲੇ 5 ਸਾਲ ਰਣਜੀਤ ਸਿੰਘ ਛਕਰੀ ਨਾਲ ਹੋਇਆ ਉਹ ਸਾਹਮਣੇ ਬਜ਼ੁਰਗ ਖੜਾ, ਇਹਨੂੰ ਪੁੱਛ ਲਓ ਕੀ ਹੋਇਆ ਪਿਛਲੇ 5 ਸਾਲ। ਸਿਰਫ ਇੱਕ ਇਹਦੇ ਪਿੰਡ 'ਚ ਇਲੈਕਸ਼ਨ ਹੋ ਰਹੀ ਸੀ, ਰਣਜੀਤ ਸਿੰਘ ਛਕਰੀ ਨੂੰ ਪੁੱਛੋ ਕਿ ਪਿਛਲੀ ਕਾਂਗਰਸ ਸਰਕਾਰ ਵਿੱਚ ਉਹਦੇ ਨਾਲ ਕੀ ਹੋਇਆ। ਸਭ ਇੱਕ ਬਗਲਾੜ ਦੀ ਨਤੀਜਾ, ਕੁਛ ਨਹੀਂ, ਬੜੀ ਵਧੀਆ ਇਲੈਕਸ਼ਨ ਪਿੰਡਾਂ 'ਚ ਹੋ ਰਹੀ ਆ, ਸਿਰਫ ਤਾਂ ਸਿਰਫ ਇਹਨਾਂ ਨੂੰ ਪਤਾ ਕਿ ਜੋ ਲੋਕਾਂ ਨੇ ਪੰਜਾਬ ਦੇ ਇਹਨਾਂ ਨੂੰ ਰਿਜ਼ਲਟ 15 ਤਰੀਕ ਨੂੰ ਦੇਣਾ, ਇੱਕ ਡਰਾਮਾਬਾਜ਼ੀ ਕਰਦੇ। ਕੋਈ ਹੋਰ? ਚਲੋ ਮੈਂ, ਮੇਰੀ ਰਿਕੁਐਸਟ ਹੈ, ਇੱਕ ਤਾਂ ਥੋੜਾ ਥੋੜਾ ਪਿੱਛੇ ਰਹੋ, ਥੋੜਾ ਥੋੜੀ ਜਗ੍ਹਾ ਖੁੱਲੀ ਕਰ ਦਿਓ, ਇਹਨਾਂ ਹੋਵੇ ਕਿ ਆਪਾਂ ਇੱਕ ਦੂਜੇ ਨੂੰ ਸੁਣੇ ਨਾ ਪਾਈਏ। ਰਿਕੁਐਸਟ ਹੈ ਸਾਰਿਆਂ ਨੂੰ, ਮੈਂ ਆ ਰਿਹਾ ਤੁਹਾਡੇ ਕੋਲ, ਛੋਟਾ ਛੋਟਾ ਗੱਲ ਰੱਖਿਓ, ਮੈਂ 3-4 ਥੋੜੀ ਗੱਲ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਆਉਂਦੀਆਂ ਹੁੰਦੀਆਂ ਲਿਸਟਾਂ, ਉਹ ਲਿਸਟ ਵਿੱਚ ਮੈਂ ਵੀ ਸਰਪੰਚ ਬਣਾ ਹੋਇਆ ਕਰੀ, ਐਰ ਕੀ ਹੋਣ ਰਹੀ ਆ ਇਲੈਕਸ਼ਨ, ਇਹ ਸਭ ਝੂਠ ਮਾਰਦੇ ਜੁੱਦੀਆਂ ਪਾਰਟੀਆਂ ਵਾਲੇ, ਭਾਜਪਾ ਵਾਲੇ ਦੱਸਣ ਇਹਨਾਂ ਦੇ ਉਮੀਦਵਾਰ ਕਿੰਨੇ, ਉਹਦਾ ਨਾਂ ਕੀ ਆ ਤੇ ਪਿੰਡ ਕਿਹੜਾ ਵਾ। ਠੀਕ ਹੈ, ਮੈਂ ਜਵਾਬ ਲੈਣਾ, ਕੁਝ ਕਹਿਣਾ ਚਾਹ, ਮੈਂ ਆ ਗਿਆ, ਚਲੋ ਜਵਾਬ ਜਵਾਬ ਲੈ ਲਓ, ਜਵਾਬ ਲੈ ਲਓ, ਜਵਾਬ ਲੈ ਲਓ ਜੀ, ਥੋੜਾ ਜਿਹਾ ਜਗ੍ਹਾ ਖਾਲੀ। ਹਾਂ ਠੀਕ ਹੈ, ਕੁਝ ਕਹਿ, ਮੇਰਾ ਪਿੰਡ ਮਹਿਮੇ ਤੱਕ ਹੈ ਜੀ, ਮੇਰਾ ਬੇਟੇ ਦੀ ਇਹ ਟਿਕਟ ਹੈ, 5 ਤਰੀਕ ਨੂੰ ਆਇਆ ਬਾਹਰੋਂ, ਲੇਡੀ ਸਾਡੀ ਸੀਟ ਹੈ, ਔਰ ਮੇਰੀ 9 ਦੇ ਵਜੇ ਕਾਗਜ਼ ਰੱਦ ਕਰਾਏ, ਇਹਨਾਂ ਵੀ ਨਜਾਇਜ਼ ਕਬਜ਼ਾ, ਮੈਨੂੰ ਦੱਸਣ ਵੀ ਨਜਾਇਜ਼ ਕਬਜ਼ਾ ਕਿੱਥੇ ਆ। ਨਹੀਂ ਤੁਸੀਂ ਕਿਹਨਾਂ ਨੂੰ ਕਹਿ ਰਹੇ ਹੋ, ਸਵਾਲ ਕਿਹਨੂੰ ਪੁੱਛ ਰਹੇ? ਵਾਲਿਆਂ ਨੂੰ ਕਹਿ ਰਹੇ ਜੀ। ਹਾਂ, ਮੇਰੀ 9 ਦਾ ਕਾਗਜ਼ ਰੱਦ ਕਰਾਏ ਕਾਂਗਰਸ ਨੇ। ਕਾਂਗਰਸ ਨੇ? ਉਹ ਆਮ ਆਦਮੀ ਪਾਰਟੀ ਦੇ ਇਲਜ਼ਾਮ ਲਗਾ ਰਹੇ। ਹਾਂਜੀ, ਕੌਣ? ਮੇਰੇ ਆਪ ਵੇਖੋ, ਆਪ ਬੱਚੇ ਦੀ ਰਸੀਦ ਆ। ਰੰਧਾਵਾ ਸਾਹਿਬ, ਸਰਕਾਰ ਤੁਹਾਡੀ ਹੈ, ਤੁਹਾਡੇ ਤੁਹਾਡੇ ਵਰਕਰ ਦੇ ਪੇਪਰ ਕੈਂਸਲ ਹੋ ਗਏ। ਮੈਂ ਤਾਂ ਕਹਿੰਦਾ ਮੇਰੇ ਸੁਣੋ ਨਾ, ਧਿਆਨਪੁਰ ਦੀ ਗੱਲ ਕਰਦਾ, ਆਮ ਆਦਮੀ ਪਾਰਟੀ ਦੇ 9 ਦੇ 9 ਮੈਂਬਰ ਜਿਹੜੇ ਖੜੇ ਸੀਗੇ, ਉਹ ਕਿੰਨੇ ਰਿਜੈਕਟ ਕਰਾਏ ਜੀ? ਮੇਰੇ 9 ਮੈਂਬਰ ਖੜੇ ਹੋਣ ਧਿਆਨਪੁਰ ਚ, ਉਹਨਾਂ ਦੇ ਕਾਗਜ਼ ਕੌਣ ਰਿਜੈਕਟ ਕਰਾ ਗਿਆ? ਇਹਦਾ ਮਤਲਬ ਹੈ ਕਿ ਉਹਨਾਂ ਕਾਗਜ਼ ਹੀ ਗਲਤ ਭਰੇ ਨੇ ਤਾਂ ਰਿਜੈਕਟ ਹੋਏ ਨੇ। ਜੇ ਮੇਰੀ ਸਰਕਾਰ, ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੇ 9 ਮੈਂਬਰ ਜਿਹੜੇ ਧਿਆਨਪੁਰ ਦੇ ਇਲੈਕਸ਼ਨ ਲੜਦੇ ਨੇ, 9 ਦੀਆਂ 9 ਦੀਆਂ ਫਾਈਲਾਂ ਰਿਜੈਕਟ ਹੋਈਆਂ, ਕਿਉਂ ਹੋਈਆਂ?
मैं कहते थे इल्जाम लावा वो सिर्फ तो सिर्फ उन्होंने गलत भरे। मैं एक रिएक्शन लेना भामरा साहब, गल हो रही है कि तुम कह रहे थे पेपर कैंसल कराते आम आदमी पार्टी वाले थोड़े इल्जाम लगाते कि तुम करवाते। अही कोई कैंसल नहीं कराया जी, सरकार इन्हों दी कैंसल अही कराने सी। नहीं विधायक थोड़ा सी, अफसर इन्हों दे, अफसर इन्हों दे कब्जे इन्हों कीते आ ते हद ते हुण जाके वेख लो गड़ियां दे कब्जे कीते आ, गड़ियां दे कब्जे कीते इन्हां ने जाके सुने जाके देख। नहीं पर गल आ गई ना कि जे कोई कमी पेशी सी फाइल च कैंसल हो गए फिर चाहे आम आदमी पार्टी दे हुण चाहे कांग्रेस। बिल्कुल जी, जे जे इन्हां दे गलत सी तो उन्होंने कैंसल कर दते। बीजेपी बारे सवाल आया, बीजेपी के किन्ने सरपंच ने, किन्ने थोड़े कैंडीडेट खड़े ने? सात सात आठ खड़े हुए। सब तो पहला मेरा लागे गल कर सकते हैं, पोस्टा दे ना पोस्टा दे किन्ने कैंडीडेट ने बीजेपी दे इस इलाके दे विच? सारे पिंडा जी अपने सारे पिंडा बीजेपी दे कैंडीडेट है। सारे पिंडा च है तुम कहना साढ़े कागज रद्द हो गए फिर कैंडीडेट कि नहीं? असि मतलब खड़े सके, अं क्यों नहीं खड़े सके? जिथे कहते सर्वसम्मति हो गई वो चलो मंजूरी देती पिंड की सहमति ना चलो कोई गल नहीं। जिथे कि नहीं सर जिथे रौला हो गया जिदा कोर्ट रही रौला ला लो वो पिंडा ज्यादा रौला हो गया ना चीज का, जिसे उन्होंने नहीं मिले। साड़ी पार्टी ने तो ऐरका ही दावा किया ना आन के इतने, पहला साड़ी पार्टी नहीं इतने हैगी, बीजेपी नहीं हैगी, ऐरका बीजेपी आई है, बीजेपी ने ऐरका ही कैंडीडेट देने से ना, ऐरका इन्होंने पहला ही ने रौले मुकन डे साड़ी वारी कितों ना आती हूँ अपनी। तुसी पहली बारी सियासी वजन देख रहे हो कि नहीं? सियासी वजन ये अपने अपन रोटियां सेकन डे, सियासी वजन काम कोई करता नहीं, काम इन्हें किया नहीं, सेंटर का पैसा आन डिया लाने की इन्होंने जायज नहीं, सारे अपनी जेबा भांडे इन्हें अपन जेबा रज रज भरिया जिद मर्जी चेक करो जाके। चलो चलो मैं एक बार कुलजीत जी बहुत देर इंतजार कर रहे हैं। कुलजीत जी सर्वसम्मति वाली लिस्ट के विच तुहाडी पिंड दे भी कोई हैगे नंबर जिहड़े श्रोमणी अकाली दल का जिक्र होवे सर्वसम्मति कराई होवे?